ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਊਲਮ ਹਲਾ ਕਤਲ ਮਾਮਲੇ ਦੇ ਵਿੱਚ ਜਨਾਮਜਾਦਾ ਨਰਿੰਜਨ ਦੀ ਪਤਨੀ ਬੋਲੀ ਮੇਰੇ ਘਰ ਵਾਲੇ ਦੇ ਹੱਥ ਹੀ ਵੱਢ ਦਿੱਤੇ ਉਹ ਕਿੱਦਾਂ ਮਾਰਦਾ ਨਿਹੰਗ ਨੂੰ ਯਾ ਦੋਸਤੋ ਹੁਲਾ ਮਹੱਲਾ ਦੇ ਵਿੱਚ ਕਤਲ ਹੋਏ ਨੌਜਵਾਨ ਦੇ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਹੈ ਇਸ ਮਾਮਲੇ ਦੇ ਵਿੱਚ ਨਾਮਜਦ ਨਰਿੰਜਨ ਸਿੰਘ ਦੇ ਘਰਦਿਆਂ ਨੇ ਆਪਣਾ ਪੱਖ ਰੱਖਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਇਲਜ਼ਾਮ ਲਾਏ ਜਾ ਰਹੇ ਹਨ ਉਹ ਗਲਤ ਹਨ ਤੇ ਨਰਿੰਜਨ ਦੇ ਪਰਿਵਾਰ ਨੇ ਕਿਹਾ ਕਿ ਸਾਰਿਆਂ ਨੂੰ ਪ੍ਰਦੀਪ ਦੇ ਨਾਲ ਹਮਦਰਦ ਹੈ ਪਰ ਉਹਨਾਂ ਦੇ ਪਰਿਵਾਰ ਦਾ ਇੱਕੋ ਇੱਕ ਕਮਾਉਣ ਵਾਲਾ ਵੀ ਇਸ ਘਟਨਾ ਦੇ ਵਿੱਚ ਜ਼ਖਮੀ ਹੋਇਆ ਤੇ ਉਸਦੀ ਹਾਲਤ ਬਹੁਤ ਗੰਭੀਰ ਹੈ ਤੇ ਉਸਦੀ ਪਤਨੀ ਨੇ ਦੱਸਿਆ ਹੈ ਕਿ ਘਟਨਾ ਵਾਲੇ ਦਿਨ ਨਰੰਜੰਨ ਦੇ ਦੋਵੇਂ ਹੱਥ ਵੱਢ ਦਿੱਤੇ ਗਏ ਸਨ ਜਿਹਦੇ ਹੱਥ ਵੱਢ ਦਿੱਤੇ ਗਏ ਹੁਣ ਤੇ ਉਹ ਕਿਸੇ ਨੂੰ ਕੀ ਮਾਰ ਸਕਦਾ ਹੈ ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਸਿਰਫ ਇੱਕ ਪੱਖ ਹੀ ਨਾ ਵੇਖਿਆ ਜਾਵੇ ਦੂਜੇ ਪੱਖ ਦੀ ਵੀ ਸੁਣੀ ਜਾਵੇ ਤੇ ਉਹਨਾਂ ਨੂੰ ਇਨਸਾਫ ਦੁਵਾਇਆ ਜਾਵੇ ਅਗਲੀ ਖਬਰ ਗਾਇਕ ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ ਜੀ ਆਂ ਦੋਸਤੋ ਮਸ਼ਹੂਰ ਹੈ ਪੰਜਾਬੀ ਗਾਇਕ ਦਲੇਰ ਸੰਗਾ ਮਹਿੰਦੀ ਨੇ ਆਪਣੇ ਪਾਸਪੋਰਟ ਨੂੰ ਦੁਬਾਰਾ ਜਾਰੀ ਕਰਨਾ ਤੇ ਨਵਿਆਉਣ ਆ ਕਰਨ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਵਿਦੇਸ਼ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਜਿੱਥੇ ਅੰਤਰਰਾਸ਼ਟਰੀ ਸੂਫੀ ਅਤੇ ਪੋਪ ਗਾਇਕ ਸ਼ਾਮਲ ਹੋਣ ਜਾ ਰਹੇ ਹਨ ਤੇ ਉਸ ਵਿੱਚ ਮੈਂ ਵੀ ਹਿੱਸਾ ਲੈਣ ਜਾ ਰਿਹਾ ਹਾਂ ਤੇ ਮੇਰੇ ਪਾਸਪੋਰਟ ਦੀ ਮਿਆਦ 16 ਮਾਰਚ ਨੂੰ ਖਤਮ ਹੋ ਜਾਵੇਗੀ ਤੇ ਦੱਸਿਆ ਜਾ ਰਿਹਾ ਕਿ ਗਾਇਕ ਦਲੇਰ ਮਹਿੰਦੀ ਨੇ ਆਪਣੇ ਪਾਸਪੋਰਟ ਨੂੰ ਮੁੜ ਜਾਰੀ ਕਰਨਾ ਤੇ ਨਵੇਂ ਆਉਣ ਦੇ ਲਈ ਅਰਜ਼ੀ ਦਿੱਤੀ ਹੈ ਜੋ ਕਿ ਹਜੇ ਲੰਬਿਤ ਹੈ ਅਜਿਹੇ ਬਿਆਨ ਮੇਰੀ ਅਰਜ਼ੀ ਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੀ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਕੇਂਦਰ ਸਰਕਾਰ ਨੇ ਅਗਨੀ ਵੀਰਾਂ ਨੂੰ ਦਿੱਤਾ ਵੱਡਾ ਤੋਹਫਾ। ਨਿਆਂ ਦੋਸਤੋ ਗ੍ਰਹਿ ਮੰਤਰਾਲੇ ਨੇ ਬੀਐਸਐਫਾ ਭਾਰਤ ਦੇ ਬੈਚ ਸਾਬਕਾ ਸੈਨਿਕਾਂ ਦੇ ਲਈ 10% ਰਾਖਮਾ ਕਰਨ ਅਤੇ ਉਮਰ ਦੇ ਬੈਚ ਛੂਟ ਦੇ ਬਾਲੀ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਇਸ ਨੇ ਅਗਨੀ ਬੀਰਾਂ ਨੂੰ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਜੀ ਹਾਂ ਕੇਂਦਰ ਸਰਕਾਰ ਨੇ ਬੀਐਸਐਫ ਦੀਆਂ ਅਸਾਮੀਆਂ ਦੇ ਵਿੱਚ ਸਾਬਕਾ ਫਾਇਰ ਬੈਟਰਨਜ ਦੇ ਲਈ 10% ਰਾਖਮਾ ਕਰਨ ਦਾ ਐਲਾਨ ਕੀਤਾ ਤੇ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਇਹ ਐਲਾਨ ਕੀਤਾ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਇਹ ਇਸ ਗੱਲ ਤੇ ਨਰਪਰ ਕਰੇਗਾ ਕਿ ਤੁਸੀਂ ਪਹਿਲੇ ਬੈਚ ਦਾ ਹਿੱਸਾ ਹੋ ਜਾਂ ਬਾਅਦ ਦੇ ਬੈਚ ਵਿੱਚ ਸ਼ਾਮਲ ਹੋਏ ਹੋ ਗ੍ਰਹਿ ਮੰਤਰਾਲੇ ਨੇ 6 ਮਾਰਚ ਨੂੰ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਇਹਦਾ ਐਲਾਨ ਕੀਤਾ ਹੈ ਤੇ ਹਦਲੇ ਗ੍ਰਹਿ ਮੰਤਰਾਲੇ ਨੇ ਸੀਮਾ ਸੁਰੱਖਿਆ ਬਲ ਜਨਰਲ ਡਿਊਟੀ ਕਾਡਰ ਭਰਤੀ ਨਿਯਮਾਂ 2015 ਦੇ ਵਿੱਚ ਸੋਧ ਕੀਤੇ ਆ ਜੋ ਕਿ ਬੀਰਵਾਰ ਯਾਨੀ ਕਿ 9 ਮਾਰਚ ਤੋਂ ਲਾਗੂ ਹੋ ਗਿਆ ਤੇ ਹਦਲੇ ਗ੍ਰਹਿ ਮੰਤਰਾਲੇ ਨੇ ਸੀਮਾ ਸੁਰੱਖਿਆ ਬਲ ਹੈ ਪੀਐਮ ਮੋਦੀ 18 ਮਾਰਚ ਨੂੰ ਭਾਰਤ ਬੰਗਲਾਦੇਸ਼ ਪਹਿਲੀ ਤੇਲ ਪਾਈਪਲਾਈਨ ਦਾ ਕਰਨਗੇ ਉਦਘਾਟਨ ਤਾਂ ਦੋਸਤੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਬੰਗਲਾਦੇਸ਼ੀ ਹਮਰੋਤਬਾ ਸ਼ੇਖ ਹਸਿਨਾ 18 ਮਾਰਚ ਨੂੰ ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਸੀਮਾ ਭਾਰਤ ਤੇਲ ਪਾਈਪਲਾਈਨ ਦਾ ਸਾਂਝੇ ਤੌਰ ਦੇ ਉੱਤੇ ਉਦਘਾਟਨ ਕਰਨਗੇ ਤੇ ਦੂਮੇ ਆਗੂ ਵੀਡੀਓ ਕਾਨਫਰੰਸ ਰਾਹੀਂ ਇਸ ਪਾਈਪਲਾਈਨ ਦਾ ਉਦਘਾਟਨ ਕਰਨਗੇ ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏਕੇ ਅਬਦੁੱਲ ਮੁਮੇਨ ਨੇ ਦੱਸਿਆ ਹੈ ਕਿ ਇਸ ਪਾਈਪਲਾਈਨ ਦੇ ਰਾਹੀਂ ਡੀਜ਼ਲ ਇੱਥੇ ਲਿਆਂਦਾ ਜਾਵੇਗਾ ਤੇ ਬੰਗਲਾਦੇਸ਼ ਦੀ ਸਰਕਾਰੀ ਨਿਊਜ਼ ਏਜੰਸੀ ਬੀਐਸਐਸ ਦੇ ਅਨੁਸਾਰ ਮੁਮੇਨ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਦੋਵੇਂ ਨੇਤਾ 18 ਮਾਰਚ ਨੂੰ ਪਾਈਪਲਾਈਨ ਵੀਡੀਓ ਕਾਨਫਰੰਸ ਦਾ ਦੁਬਾਰਾ ਉਦਕਾਟਨ ਕਰਨਗੇ ਅਗਲੀ ਖਬਰ ਹੈ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਜਿਵੇਂ ਦੋਸਤੋ ਸਮਾਣੇ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜਟਾਪਤੀ ਦੇ ਰਹਿਣ ਵਾਲੇ ਇੱਕ ਪੰਜਾਬ ਪੁਲਿਸ ਦੇ ਰਿਟਾਇਰਡ ਇਨਸਪੈਕਟਰ ਨੇ ਆਪਣੇ ਲਾਇਸੈਂਸ ਦੀ ਬੰਦੂਕ ਦੇ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਰਿਟਾਇਰਡ ਇਨਸਪੈਕਟਰ ਹਰੀਪਾਲ ਸਿੰਘ ਜੋ ਕਿ ਆਪਣੇ ਘਰ ਦੇ ਨਾਲ ਲੱਗਦੇ ਪੀਰਾਂ ਦੇ ਸਮਾਥ ਤੇ ਸੇਵਾ ਕਰਦੇ ਸਨ ਤੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ ਕਿ ਉਸ ਦਿਨ ਦੇ 7 ਵਜੇ ਅੰਦਰ ਕਮਰੇ ਸੰਤ ਉਸ ਤੋਂ ਬਾਅਦ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮ੍ਰਿਤਕ ਦੀ ਪਤਨੀ ਤੇ ਬੇਟੀ ਨੇ ਦੱਸਿਆ ਕਿ ਅੱਜ ਸਵੇਰ ਜਦੋਂ ਉਹਨਾਂ ਦਾ ਪੁੱਤਰ ਉਹਨਾਂ ਨੂੰ ਬੁਲਾਉਣ ਗਿਆ ਤਾਂ ਉਥੇ ਖੂਨ ਦੇ ਨਾਲ ਉਲਤਪਾਤ ਲਾਸ਼ ਪਈ ਸੀ ਤੇ ਮਰਤਕ ਦੀ ਪਤਨੀ ਦੱਸਿਆ ਕਿ ਸਾਡੇ ਦੋਵੇਂ ਪੁੱਤਰ ਵਿਦੇਸ਼ ਦੇ ਵਿੱਚ ਰਹਿੰਦੇ ਹਨ ਮੌਕੇ ਤੇ ਪਹੁੰਚੇ ਡੀਐਸਪੀ ਸੌਰਭ ਜਿੰਦਲ ਅਤੇ ਐਸਐਚਓ ਐਸ ਸਿਕੰਦਰ ਨੇ ਫੋਰਸ ਕਾ ਟੀਮ ਨੂੰ ਬੁਲਾ ਕੇ ਮਾਮਲੇ ਦੀ ਜਾਂਚੇ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਡਿੱਗਿਆ ਪਾਕਿਸਤਾਨੀ ਡਰੋਨ AK47 ਦੋ ਮੈਗਜ਼ੀਨਾਂ ਤੇ 40 ਕਾਰਤੂਸ ਬਰਾਮਦ। ਜੀ ਆਂ ਦੋਸਤੋ BSF ਅਤੇ ਪੁਲਿਸ ਨੇ ਸਾਂਝੇ ਤਲਾਸ਼ੀ ਮੁਹਿੰਮ ਦੇ ਦੌਰਾਨ ਪਿੰਡ ਨਵੀਂ ਨਗਰ ਵਿੱਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਅਤੇ ਡਰੋਨ ਦੇ ਨਾਲ AK47 ਰਾਈਫਲ ਦੋ ਮੈਗਜ਼ੀਨਾਂ ਤੇ 40 ਗੋਲੀਆਂ ਬਰਾਮਦ ਹੋਈਆਂ ਹਨ। ਬਟਾਲਾ ਦੇ SP ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਗੀ ਰਾਤ ਡੇਰਾ ਬਾਬਾ ਨਾਨਕ ਦੀ ਅਬੀਆਪੀ ਮੇਤਲਾ ਵਿਖੇ ਪਾਕਿਸਤਾਨ ਨੇ ਡਰੋਨ ਦੀਆਂ ਗਤੀਵਿਧੀਆਂ ਬੀਐਸਐਫ ਨੇ ਦਰਜ ਕੀਤੀ ਸੀ ਜਿਸ ਤੋਂ ਬਾਅਦ ਕੱਲ ਇਲਾਕੇ ਦੇ ਪਿੰਡ ਵਿੱਚ ਨਵੀਂ ਨਗਰ ਵਿੱਚ ਬੀਐਸਐਫ ਅਤੇ ਡੇਰਾ ਬਾਬਾ ਨਾਨਕ ਦੇ ਕੋਟਲੀ ਸੂਰਤ ਮੱਲੀ ਥਾਣੇ ਦੇ ਅਧੀਨ ਪੁਲਿਸ ਦੇ ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਿਆ ਤੇ ਡਰੋਨ ਨਾਲ ਸੰਬੰਧਿਤ ਪਿੰਡ ਦੇ ਇੱਕ ਵਿਅਕਤੀ ਨੂੰ ਸੂਚਨਾ ਦਿੱਤੀ ਸੀ ਅਤੇ ਉਨ੍ਹਾਂ ਨੇ ਦੱਸਿਆ ਹੈ ਕਿ ਫਿਲਹਾਲ ਮਾਮਲਾ ਦਰਜ ਕੀਤਾ ਗਿਆ ਹੈ ਇਸ ਕਰਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਗਲੀ ਖਬਰ ਹੈ ਲੱਕੀ ਡਰਾ ਦੇ ਰਾਹੀਂ ਰੋਜ਼ਾਨਾ ਇਨਾਮ ਦੇ ਵਜੋਂ ਜਿੱਤੋ ਟਰੈਕਟਰ ਅਤੇ ਖੇਤੀ ਸੰਦ ਤਾਂ ਦੋਸਤੋ ਕਿਸਾਨਾਂ ਦੀ ਮਦਦ ਅਤੇ ਉਹਨਾਂ ਨੂੰ ਉਤਸ਼ਾਹਤ ਕਰਨ ਦੇ ਮੰਤਵ ਦੇ ਨਾਲ ਸਮੇਂ-ਸਮੇਂ ਤੇ ਕਿਸਾਨ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਇਹਨਾਂ ਕਿਸਾਨ ਮੇਲਿਆਂ ਦਾ ਮੁੱਖ ਮਕਸਦ ਹੈ ਕਿ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੇ ਨਾਲ-ਨਾਲ ਫਸਲਾਂ ਦੀਆਂ ਉਨਾਤਾ ਕਿਸਮਾਂ ਬਾਰੇ ਜਾਣੂ ਕਰਵਾਉਣਾ ਤੇ ਉਹਨਾਂ ਦੇ ਬੀਜ ਉਪਲਬਧ ਕਰਵਾਉਣਾ ਹੈ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਝਾੜ ਵਧਾਉਣ ਦੇ ਨਾਲ-ਨਾਲ ਉਹਨਾਂ ਦੀ ਆਮਦਨ ਵੀ ਵਧੇ ਕਿਸਾਨ ਮੇਲਿਆਂ ਦੀ ਐਸਾ ਲੜੀ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ 10 ਤੋਂ ਲੈ ਕੇ 12 ਮਾਰਚ ਤੱਕ ਤਿੰਨ ਰੋਜ਼ਾ ਖੇਤੀ ਵਿਕਾਸ ਮੇਲਾ ਦਾ ਪ੍ਰਬੰਧ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਮੇਲਾ ਹਰਿਆਣਾ ਦੀ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਹੈ ਇਸ ਬਾਰ ਮੇਲੇ ਦੀ ਖਾਸ ਗੱਲ ਇਹ ਹੈ ਕਿ ਮੇਲੇ ਦੇ ਵਿੱਚ ਹਰ ਰੋਜ਼ ਲੱਕੀ ਡਰਾ ਕੱਢੇ ਜਾਣਗੇ ਤੇ ਹੱਦੇ ਤਹਿਤ ਕਿ ਸੰਨ ਨੂੰ ਇੱਕ ਛੋਟਾ ਟਰੈਕਟਰ ਸੁਪਰ ਸੀਡਰ ਅਤੇ ਪਾਵਰ ਬੀਡਰਾ ਮਸ਼ੀਨਾਂ ਦਿੱਤੀ ਆਵੇਗੀ ਜਦੋਂ ਕਿ ਦੂਜੇ ਪਾਸੇ ਮੇਲੇ ਦੇ ਆਖਰੀ ਦਿਨ ਲੱਕੀ ਡਰਾ ਦੇ ਰਾਹੀਂ ਇੱਕ ਵੱਡਾ ਟਰੈਕਟਰ ਇਨਾਮ ਦੇ ਵਜੋਂ ਕੱਢਿਆ ਜਾਵੇਗਾ ਅਗਲੀ ਖਬਰ ਆ ਮਨਰੇਗਾ ਦੇ ਤਹਿਤ ਰੋਜ਼ਗਾਰ ਪ੍ਰਦਾਨ ਕਰਨਾਂ ਦੇ ਲਈ 655 ਕਰੋੜ ਰੁਪਏ ਜਾਰੀ ਕੀਤੇ ਅਤੇ ਕੀਤੇ ਹੋਰ ਹੈ ਕਈ ਵੱਡੇ ਐਲਾਨ ਤਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈਰ ਬਜਾ ਮ ਆਰਮੀ ਪਾਰਟੀ ਦੇ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਆਪਣਾ ਪਹਿਲਾ ਪੂਰਾ ਨਾ ਬਜਟ ਪੇਸ਼ ਕੀਤਾ ਗਿਆ ਬਜਟ ਪੇਸ਼ ਕਰਨ ਦੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘਾ ਚੀਮਣ ਨੇ ਕਹਿ ਕੇ ਇਸ ਵਾਰ ਉਹਨਾਂ ਦੀ ਸਰਕਾਰ ਆਪਣੇ ਬਹੁਤ ਸਾਰੇ ਵਾਅਦੇ ਅਤੇ ਗਰੰਟੀਆਂ ਪੂਰੀਆਂ ਕਰਨ ਜਾਰੀ ਹੈ ਤੇ ਚੀਮਣ ਨੇ ਕਹਿ ਕੇ ਵਿੱਤੀ ਸਾਲ 2023-24 ਦੇ ਲਈ ਪੰਜਾਬ ਦਾ ਬਜਟ 196462 ਕਰੋੜ ਰੁਪਏ ਦਾ ਹੋਵੇਗਾ ਜੋ ਕਿ ਪਿਛਲੇ ਸਾਲ ਤੋਂ 26% ਜ਼ਿਆਦਾ ਹੈ ਸਾਲ 2022-23 ਦੇ ਵਿੱਚ ਪੰਜਾਬ ਦਾ ਕੁੱਲ ਬਜਟ 155860 ਕਰੋੜ ਰੁਪਏ ਦਾ ਸੀ ਬਜਟ ਆ ਪੇਸ਼ ਕਰਨ ਦੇ ਦੌਰਾਨ ਐਲਾਨ ਕੀਤਾ ਗਿਆ ਕਿ ਸਾਡੀ ਸਰਕਾਰ ਦੇ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 9447 ਏਕੜ ਸ਼ਾਮਲਾਤ ਜਮੀਨ ਨੂੰ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਜਾ ਚੁੱਕਾ ਹੈ ਤੇ ਇਸ ਮੁਕਤ ਕਰਵਾਈ ਗਈ ਜ਼ਮੀਨ ਦੇ ਵਰਤੋਂ ਹਣ ਸਬੰਧਤ ಗ್ರಾಮ ਪੰਚਾਇਤਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਅਤੇ ਮਾਲੀਆ ਕਮਾਉਣ ਦੇ ਲਈ ਕੀਤੀ ਜਾ ਸਕੇਗੀ ਪੰਜਾਬ ਦੇ ਪਿੰਡੂ ਖੇਤਰਾਂ ਦੇ ਸੰਪੂਰਨ ਅਭਿਆਪਕ ਵਿਕਾਸ ਦੇ ਸਾਡੇ ਵਾਦੇ ਤੇ ਅੱਗੇ ਵਾਦੇ ਹੋਏ ਮੈਂ ਵਿੱਤੀ ਸਾਲ 2023-24 ਦੇ ਵਿੱਚ 3319 ਕਰੋੜ ਰੁਪਏ ਅਲਾਰਟ ਕਰਨ ਦਾ ਪ੍ਰਸਤਾਵ ਰੱਖਦਾ ਹੈ ਜੋ ਕਿ ਵਿੱਤੀ ਸਾਲ 2022-23 ਦੇ ਮੁਕਾਬਲੇ 11% ਦਾ ਵਾਧਾ ਹੈ। ਸਮਾਰਟ ਵਿਲੇਜ ਕੈਂਪੇਨ ਦੇ ਅਧੀਨ 77986 ਕਮਾ ਦੇ ਵਿੱਚੋਂ 68825 ਕਮ 4092 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਪੂਰੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵਿੱਤੀ ਸਾਲ 2022-23 ਦੇ ਵਿੱਚ 8.12 ਪਰਿਵਾਰਾਂ ਨੂੰ 200 85 ਲੱਖ ਦੇ ਹੜੀਆਂ ਦਾ ਰੋਜ਼ਗਾਰ ਮਹैया ਕਰਵਾਇਆ ਗਿਆ ਹੈ ਵਿੱਤੀ ਸਾਲ 2023-24 ਦੇ ਦਰਾਂ ਪਿੰਡੂ ਵਿਕਾਸ ਦੇ ਲਈ ਵੱਖ-ਵੱਖ ਸਕੀਮਾਂ ਦੇ ਲਈ ਨਿਮਨ ਲੇਖਤ ਬਣਦਾ ਪ੍ਰਸਤਾਵ ਰੱਖਿਆ ਜਾਂਦਾ ਤੇ ਮਨਰੇਗਾ ਦੇ ਤਹਿਤ ਰੋਜ਼ਗਾਰ ਪ੍ਰਦਾਨ ਕਰਨ ਦੇ ਲਈ 655 ਕਰੋੜ ਰੁਪਏ ਜਾਰੀ ਪ੍ਰਧਾਨ ਮੰਤਰੀ ਆਵਾਸ ਜੋਇਨਾ ਪਿੰਡੂ ਪਿੰਡੂ ਖੇਤrana ਨੇ ਵੇਚਿਆ 100000000 ਰੁਪਏ ਉਸਾਰੀ ਦੇ ਲਈ 150 ਕਰੋੜ ਰੁਪਏ ਸਿਆਮਾ ਪ੍ਰਸਾਦ ਮੁਖਰਜੀ ਰਵਨ ਮਿਸ਼ਨਾਂ 50 ਕਰੋੜ ਰੁਪਏ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਜੋਇਨਾ ਦੇ ਲਈ 20 ਕਰੋੜ ਰੁਪਏ ਰਾਸ਼ਟਰੀ ਗ੍ਰਾਮ ਸਵਰਾਜ ਅਭਿਆਨ 80 ਕਰੋੜ ਰੁਪਏ ਅਗਲੀ ਖਬਰ ਆ ਪੰਜਾਬ ਕੈਬਨਟ ਨੇ ਨਵੀਂ ਐਕਸਾਈਜ਼ ਅਤੇ ਮਾਈਨਿੰਗ ਆ ਪਾਲਿਸੀ ਨੂੰ ਦਿੱਤੀ ਮਨਜ਼ੂਰੀ ਸੀਐਮ ਨੇ ਸਾਂਝੀ ਕੀਤੀ ਪੋਸਟ ਨਯਾ ਦੋਸਤੋ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਣ ਨੇ ਕੱਲ੍ਹ ਸਾਲ 2023-24 ਦੇ ਲਈ ਬਜਟ ਪੇਸ਼ ਕੀਤਾ। ਪੰਜਾਬ ਦੇ ਵਿੱਚ ਆਪ ਸਰਕਾਰ ਦੇ ਵੱਣ ਦੀ ਪਹਿਲੀ ਵਾਰ ਇਹ ਗੰਡ ਤੇ ਬਜਟ ਪੇਸ਼ ਕੀਤਾ ਗਿਆ ਤੇ ਆਪ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ ਇਹ ਦੂਜਾ ਪੇਪਰ ਰਹਿਤ ਬਜਟ ਹੈ। ਇਸੇ ਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਤੇ ਮਾਈਨਿੰਗ ਆਫ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਟੀਚਾ ਇਹਨਾਂ ਨੀਤੀਆਂ ਦੇ ਰਾਹੀਂ ਪੰਜਾਬ ਦੇ مالیਰ ਵਿੱਚ ਵਾਧਾ ਕਰਨਾ ਹੈ ਤੇ ਨੇਕ ਨੀਅਤ ਚੰਗੀ ਨੀਤੀ ਦੇ ਨਾਲ ਹੀ ਇਹ ਸੰਭਵ ਹੈ। ਪੰਜਾਬ ਸਰਕਾਰ ਨੇ ਖੁਸ਼ ਕਰ ਦਿੱਤੇ ਖਿਡਾਰੀ ਜਾਣੋ ਕਿ ਇਹ ਬਜਟ ਦੇ ਵਿੱਚ ਖਾਸ ਜਿਹਾ ਦੋਸਤੋ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਇੱਥੇ ਵਿਧਾਨ ਸਭਾ ਦੇ ਵਿੱਚ ਵਿੱਤੀ ਸਾਲ 2023-24 ਦੇ ਲਈ 1.96 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਜਦ ਵਿੱਚ ਖੇਤੀਬਾੜੀ ਸਿੱਖਿਆ ਤੇ ਸਿਹਤ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਚੀਮਾ ਦਾ ਕਹਿਣਾ ਹੈ ਕਿ ਸਿੱਖਿਆ ਸਿਹਤ ਅਤੇ ਖੇਤੀਬਾੜੀ ਖੇਤਰ ਸਰਕਾਰ ਦੇ ਲਈ ਤਰਜੀਹੀ ਖੇਤਰ ਹਨ ਰਾਜ ਦੇ ਵਿੱਤ ਮੰਤਰੀ ਨੇ ਕਿਹਾ ਕਿ ਅਗਲੇ ਵਿੱਤੀ ਸਾਲ ਦੇ ਲਈ ਕੋਲਾ ਬਜਟ ਦਾ ਆਕਾਰ ਪਿਛਲੇ ਵਿੱਤੀ ਸਾਲ ਭਾਵ 2022-23 ਦੇ ਮੁਕਾਬਲੇ 26% ਵਧਾ ਕੇ 196462 ਕਰੋੜ ਰੁਪਏ ਕਰ ਦਿੱਤਾ ਗਿਆ ਤੇ ਆਪ ਸਰਕਾਰ ਦਾ ਇਹ ਪਹਿਲਾ ਪੂਰਾ ਬਜਟ ਹੈ ਵੱਤ ਮੰਤਰੀ ਨੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਪਹਿਲਕਦਮੀਆਂ ਕਰਨ ਦੇ ਲਈ 258 ਕਰੋੜ ਰੁਪਏ ਦੀ ਵੰਡ ਵਿੱਤੀ ਸਾਲ 2023-24 ਦੇ ਲਈ ਰਾਖਮੀ ਕਰਨ ਦੀ ਤਜਵੀਜ਼ ਰੱਖਿਆ ਜੋ ਕਿ ਵਿੱਤੀ ਸਾਲ 2022-23 ਦੇ ਮੁਕਾਬਲੇ 55% ਵੱਧ ਹੈ ਹਰਪਾਲ ਚੀਮਾ ਨੇ ਕਹਿ ਕੇ ਉਹਨਾਂ ਦੀ ਸਰਕਾਰ ਨੇ ਨੌਜਵਾਨਾਂ ਅਤੇ ਪ੍ਰਤਿਭਾਸ਼ਾਲੀ ਖਡਾਰੀਆਂ ਦੇ ਮਨੁੱਖੀ ਬਲ ਨੂੰ ਵਧਾਉਣ ਦੇ ਲਈ ਆਪਣੇ ਪਹੁੰਚ ਨੂੰ ਬਦਲਿਆ ਅਤੇ ਜਿਹਦੀ ਸ਼ੁਰੂਆਤ ਕਰਦਿਆਂ ਬਲੈਕ ਪੱਦਰ ਤੋਂ ਲੈ ਕੇ ਰਾਜ ਪੱਦਰ ਤੱਕ ਦੇ ਖੇਡਾਂ ਟੂਰਨਾਮੈਂਟ ਖੇਡਾਂ ਵਤਨਾ ਪੰਜਾਬ ਦੀਆਂ 2022 ਦਾ ਆਯੋਜਨ ਕੀਤਾ ਗਿਆ ਇਨ੍ਹਾਂ ਖੇਡਾਂ ਵਿੱਚ ਲਗਭਗ 3 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਅਤੇ 9961 ਜੇਤੂ ਖਿਡਾਰੀਆਂ ਨੂੰ 7 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਅਤੇ ਉਨ੍ਹਾਂ ਰਕਮਾਂ ਕੇ ਸਰਕਾਰ ਨੇ ਬੰਕਾਰੀ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਰਾਜ ਜੁਬਾ ਪੁਰਸਕਾਰ ਨੂੰ ਮੜ ਸਰਜਿਤ ਕੀਤਾ ਹੈ ਇਹਦੇ ਹਦੇ ਤਹਿਤ ਹਰੇਕ ਜ਼ਿਲ੍ਹੇ ਦੇ ਵਿੱਚੋਂ ਦੋ ਨਵੇਂ ਬੰਨਾਂ ਨੂੰ ਚੁਣਿਆ ਜਾਵੇਗਾ ਤੇ ਇਹ ਇੱਕ ਮੈਡਲ 51000 ਰੁਪਏ ਦੀ ਰਾਸ਼ੀ ਅਤੇ ਇੱਕ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਪੰਜਾਬ ਦਾ ਬਜਟ ਹੈ ਕਿਸਾਨਾਂ ਦੇ ਲਈ ਮਾਨ ਸਰਕਾਰ ਨੇ ਕੀਤੇ ਵੱਡੇ ਐਲਾਨ ਜੀ ਹਾਂ ਦੋਸਤੋ ਪੰਜਾਬ ਵਿਧਾਨ ਸਭਾ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਿਆ ਹਾਂ ਤੇ ਪੰਜਾਬ ਦੇ ਵਿੱਚ ਬੱਕ ਬੱਕ ਵਰਗਾਂ ਦੇ ਲੋਕਾਂ ਦੀਆਂ ਨਜ਼ਰਾਂ ਐਸਾ ਬਜਟ ਤੇ ਟਿਕੀਆਂ ਹੋਈਆਂ ਹਨ ਵੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਦੇ ਲਈ ਵੱਡੇ ਐਲਾਨ ਕੀਤੇ ਹਨ ਤੇ ਜਿਸ ਦੇ ਮੁਤਾਬਕ ਸਰਕਾਰ ਨੇ ਪਰਾਲੀ ਦੇ ਪ੍ਰਬੰਧ ਦੇ ਲਈ 350 ਕਰੋੜ ਰੁਪਏ ਰੱਖੇ ਹਨ। ਵੱਤ ਮੰਤਰੀ ਚੀਮਾ ਨੇ ਐਲਾਨ ਕੀਤਾ ਕਿ ਸਰਕਾਰ ਫਸਲਾਂ ਦਾ ਬੀਮਾ ਸ਼ੁਰੂ ਕਰੇਗੀ। ਇਸ ਸਾਲ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਆਮਦਨ ਵਧਾਉਣ ਤੇ ਧਿਆਨ ਦਿੱਤਾ ਜਾਵੇਗਾ। ਗੰਨਾ ਉਤਪਾਦਕਾਂ ਦੇ ਲਈ ਗਨਰੀ ਕੀਮਤ 700 ਰੁਪਏ ਤੱਕ ਕੀਤੀ ਗਈ। 2023-24 ਦੇ ਲਈ ਕਿਸਾਨਾਂ ਦੇ ਲਈ 9331 ਕਰੋੜ ਰੁਪਏ ਰਾਕਮ ਰੱਖਣ ਦੀ ਤਜਵੀਜ਼ ਹੈ ਕਿਸਾਨਾਂ ਨੂੰ ਮੌਸਮ ਦੀਆਂ ਤਬਦੀਲੀਆਂ ਤੋਂ ਬਚਾਉਣ ਦੇ ਲਈ ਫਸਲ ਐ ਬੀਮਾ ਜੋਇਨਾ ਮੁਹੱਈਆ ਕੀਤੀ ਜਾਵੇਗੀ ਅਗਲੇ ਵਿੱਤੀ ਸਾਲ ਦੇ ਲਈ 253 ਕਰੋੜ ਰੁਪਏ ਬਾਗਬਾਨੀ ਲਈ ਰੱਖਣ ਦੀ ਤਜਵੀਜ਼ ਸੂਬੇ ਦੀਆਂ ਨਰਸਰੀਆਂ ਨੂੰ ਰੋਗ ਮੁਕਤ ਕਰਨ ਦੇ ਲਈ ਐਕਟ ਬੈਚ ਸੂਰ ਕੀਤੀ ਗਈ 30312 ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਜਾਈ ਦੇ ਲਈ 25 ਕਰੋੜ ਰੁਪਏ ਦੀ ਬਿਤੀ ਸਹਾਇਤਾ ਰਾਸ਼ੀ ਅਜਾਰੀ ਕੀਤੀ ਗਿਆ ਤੇ ਅਗਲੇ ਸਾਲ ਝੋਨੇ ਦੀ ਸਿੱਧੀ ਬਜਾਈ ਅਤੇ ਮੂੰਗੇ ਦੀ ਖਰੀਦ ਦੇ ਲਈ 125 ਕਰੋੜ ਰੁਪਏ ਦੀ ਤਜਵੀਜ਼ ਪਿੰਡੂ ਵਿਕਾਸ ਅਤੇ ਪੰਚਾਇਤਾਂ ਦੇ ਲਈ 3319 ਕਰੋੜ ਰੁਪਏ ਜਿहां ਦੋਸਤੋ ਬਤ ਮੰਤਰੀ ਹਰਪਾਲ ਸਿੰਘ ਚਿਮਨ ਦੱਸਿਆ ਕਿ ਪਿੰਡੂ ਵਿਕਾਸ ਅਤੇ ਪੰਚਾਇਤਾਂ ਦੇ ਲਈ ਸਾਲ 2023-24 ਦੇ ਲਈ 3319 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਜੋ ਕਿ ਪਿਛਲੇ ਸਾਲ ਤੋਂ 11% ਜ਼ਿਆਦਾ ਹੈ ਇਸ ਤੋਂ ਇਲਾਵਾ ਮਨਰੇਗਾ ਦੇ ਤਹਿਤ ਰੋਜ਼ਗਾਰ ਪਰ ਦਾਣਾ ਕਰਨ ਦੇ ਲਈ 6545 ਕਰੋੜ ਰੁਪਏ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਿੰਡੂ ਖੇਤਰਾਂ ਦੇ ਵਿੱਚ 10000 ਘਰਾਂ ਦੀ ਉਸਾਰੀ ਦੇ ਲਈ 150 ਕਰੋੜ ਰੁਪਏ ਸਿਆਮਾ ਪ੍ਰਸਾਦ ਮੁਖਰਜੀ ਰਬਨਾ ਮਿਸ਼ਨ ਦੇ ਲਈ 50 ਕਰੋੜ ਰੁਪਏ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਦੇ ਲਈ ਲਗਭਗ 20 ਕਰੋੜ ਰੁਪਏ ਤੇ ਰਾਸ਼ਟਰੀ ਗ੍ਰਾਮ ਸਵਰਾਜ ਅਭਿਆਨ ਦੇ ਲਈ ਲਗਭਗ 80 ਕਰੋੜ ਰੁਪਏ ਰੱਖੇ ਗਏ ਹਨ ਅੱਜ ਨਾਲਾ ਹਿੰਸਾ ਤੋਂ ਮਗਰੋਂ ਮੋਦੀ ਸਰਕਾਰ ਦਾ ਸਖਤ ਐਕਸ਼ਨ ਖਾਲਿਸਤਾਨ ਪੱਖੀ YouTube ਚੈਨਲ ਕੀਤੇ ਬਲੌਕ ਜੀ ਆਂ ਦੋਸਤੋ ਮੋਦੀ ਸਰਕਾਰ ਨੇ ਖਾਲਿਸਤਾਨ ਦੇ ਪੱਖ ਦੇ ਵਿੱਚ ਭਾਵਨਾਵਾਂ ਨੂੰ ਉਤੇਜਾਿਤ ਕਰਨ ਵਾਲੇ ਘਟੋ ਘਟ 6 YouTube ਚੈਨਲਾਂ ਤੇ ਸਖਤ ਐਕਸ਼ਨ ਲੈਂਦੇ ਹੋਏ ਇਹਨਾਂ ਨੂੰ ਬਲੌਕ ਕਰ ਦਿੱਤਾ ਹੈ ਤੇ ਇਹ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਿੱਤੀ ਸੂਚਨਾ ਤੇ ਪ੍ਰਸਾਰਣ ਸਕੱਤਰ ਆਪ ਪੂਰਾ ਬਚੰਦਰਾ ਨੇ ਕਹਿ ਕੇ ਪਿਛਲੇ 10 ਦਿਨਾਂ ਦੇ ਵਿੱਚ ਵਿਦੇਸ਼ਾਂ ਤੋਂ ਸੰਚਾਲਿਤ 6 ਤੋਂ 8 YouTube ਚੈਨਲਾਂ ਨੂੰ ਬਲੌਕ ਕੀਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਸਮਗਰੀ ਵਾਲੇ ਚੈਨਲ ਸਰਹੱਦੀ ਸੂਬੇ ਦੇ ਵਿੱਚ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕੱਟੜਪੰਥੀ ਪ੍ਰਚਾਰਕ ਅਤੇ ਖਾਲਿਸਤਾਨ ਦੇ ਹਮਦਰਦ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਵੱਲੋਂ ਅਜਨਾਲਾ ਦੇ ਵਿੱਚ ਤਲਵਾਰਾਂ ਅਤੇ ਬੰਦੂਕਾਂ ਦੇ ਨਾਲ ਇੱਕ ਪੁਲਿਸ ਸਟੇਸ਼ਨ ਤੇ ਹਮਲਾ ਕਰਕੇ ਆਪਣੇ ਇੱਕ ਸਾਥੀ ਦੀ ਰਿਹਾਈ ਦੀ ਮੰਗ ਕਰਨ ਤੋਂ ਬਾਅਦ ਸਰਕਾਰ ਦੀ ਇਹ ਕਾਰਵਾਈ ਸਾਹਮਣੇ ਆਈ